ਸਰ ਐਕਚੁਅਲੀ ਮੈਂ ਨਾ ਤੁਹਾਡੀ ਕੰਪਨੀ ਨਾਲ ਐਜ਼ ਅ ਸਿੰਗਰ ਕੋਲੈਬੋਰੇਟ ਕਰਨਾ ਚਾਹੁੰਦਾ ਸੀ। ਮਿਸਟਰ ਸਿੰਘ, ਇਸ ਲੁੱਕ ਕੇ ਸਾਥ ਹਮ ਆਪਕੋ ਲਾਂਚ ਨਹੀਂ ਕਰ ਸਕਤੇ। ਅਗਰ ਜ਼ਿੰਦਗੀ ਮੇਂ ਆਗੇ ਬੜਨਾ ਹੈ ਤੋ ਆਪਕੋ ਇਸ ਲੁੱਕ ਕੋ, ਆਪ ਸਮਝ ਰਹੇ ਨਾ? ਅਗਰ ਜ਼ਿੰਦਗੀ ਮੇਂ ਆਗੇ ਬੜਨਾ ਹੈ ਤੋ ਆਪਕੋ ਇਸ ਲੁੱਕ ਕੋ, ਮੈਂ ਕਿਆ ਕਹਿਣਾ ਹੈ, ਆਪ ਸਮਝ ਰਹੇ ਨਾ? ਆਪਣੀ ਅਸਲ ਪਛਾਣ ਛੱਡ ਕੇ ਹੋਰ ਕਿਹੜੀ ਪਛਾਣ ਬਣਾਉਣੀ ਚਾਹੁੰਦਾ ਹੈ? ਉਹ ਕਾਕਾ ਸਿੱਖੀ ਆਪਣੇ ਆਪ 'ਚ ਇੱਕ ਪਹਿਚਾਣ ਹੈ। ਕਰਮ ਸਿੰਘ ਹੋਣਾ ਦੇ ਮੁੰਡੇ ਨੇ ਵੀ ਤੇ ਵਾਲ ਕਟਾਏ ਹੋਏ ਨੇ, ਕੀ ਉਹ ਸਰਦਾਰਾਂ ਦਾ ਮੁੰਡਾ ਨਹੀਂ? ਉਹ ਬਾਪੂ ਜੀ, ਕਿੱਕਰ ਦੀ ਟਾਣੀ 'ਚੋਂ ਪੱਤੇ ਲੱਥ ਜਾਂਦੇ ਨੇ, ਉਹ ਟਾਣੀ ਕਿੱਕਰ ਦੀ ਹੋ ਰਹਿੰਦੀ ਹੈ, ਕਿਸੇ ਹੋਰ ਪੇੜ ਦੀ ਨਹੀਂ ਹੋ ਜਾਂਦੀ। ਮੇਰੇ ਨਾਲ ਜਵਾਨ ਲੜਾਉਣ ਦੀ ਜ਼ਰੂਰਤ ਨਹੀਂ, ਠੀਕ ਆ? ਬਸ ਇੱਕ ਵਾਰੀ ਕਹਿਤਾ ਤਾਂ ਕਹਿਤਾ। ਜ਼ਿੰਦਗੀ ਜ਼ਰੂਰੀ ਹੈ, ਕੇਸ ਨਹੀਂ, ਇਹ ਤਾਂ ਫਿਰ ਮੋੜੇ ਹੋਣਗੇ। ਮੈਂ ਚੱਲਾਂ ਵਾਲ ਕਟਾਉਣ। ਜਿੱਥੇ ਜਾਣਾ ਜਾ, ਮੈਨੂੰ ਨਹੀਂ ਲੋੜ ਇਹਨਾਂ ਕੇਸਾਂ ਦੀ। ਬੇਸ਼ੱਕ ਘਰ ਵਾਪਸ ਨਾ ਆਈ, ਮੇਰੇ ਘਰ 'ਚੋਂ ਜਾਣਾ, ਪੱਗ ਬੰਨ ਕੇ ਜਾਈ। ਅੰਕਲ ਜੀ, ਐਡੀ ਕਿੱਥੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਡਰਾਮਾ। ਸਤਿ ਸ੍ਰੀ ਅਕਾਲ, ਐਡੀ ਕਿੱਥੇ ਹੈ? ਪੁੱਤਰ, ਐਡੀ ਉੱਪਰ ਆਪਣੇ ਕਮਰੇ 'ਚ ਹੀ ਹੋਵੇਗਾ। ਹੁਣ ਤੂੰ ਕਿਸ ਖੁਸ਼ੀ 'ਚ ਪੱਗ ਬੰਨੀ ਜਾਂਦਾ? ਖੁਸ਼ੀ 'ਚ ਨਹੀਂ ਵੀਰੇ, ਕੰਮ 'ਚ। ਕੰਮ 'ਚ? ਅੱਛਾ, ਸਾਹਿਬਜ਼ਾਦੇ ਦੀ ਡੈਥ ਦਾ ਕੰਮ? ਸੱਚੀ ਯਾਰ, ਤੁਹਾਡੇ ਵਰਗਿਆਂ ਦੇ ਡਰਾਮੇ ਵੀ ਨਾ ਇਤਿਹਾਸਿਕ ਦਿਨਾਂ ਦੇ ਨੇੜੇ ਤੇੜੇ ਆ ਕੇ ਸ਼ੁਰੂ ਹੁੰਦੇ ਆ। ਅੱਗੋਂ ਪਿੱਛੋਂ ਤੁਸੀਂ ਟੋਪੀਆਂ ਦਾ ਖੇੜਾ ਨਹੀਂ ਛੱਡਣਾ ਹੁੰਦਾ। ਡੈਥ ਨਹੀਂ ਵੀਰੇ, ਸ਼ਹੀਦੀ। ਅੱਛਾ, ਸ਼ਹੀਦੀ? ਤੈਨੂੰ ਸ਼ਹੀਦੀ ਬਾਰੇ ਕੀ ਪਤਾ? ਜ਼ਿਆਦਾ ਤਾਂ ਨਹੀਂ ਪਤਾ ਵੀਰੇ, ਪਰ ਜਿੰਨਾ ਡੈਡੀ ਜੀ ਦੱਸਦੇ ਹੁੰਦੇ ਆ ਕਿ ਉਹ ਸ਼ਹੀਦ ਨਾ ਹੋਏ ਹੁੰਦੇ ਤੇ ਤੂੰ ਅੱਜ ਪੱਗ ਨਾ ਬੰਨੀ ਹੁੰਦੀ। ਬਸ ਉਹੀ ਸੱਚ ਦੀ ਪੱਗ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਬੰਨੀ ਸਿਖਾਈ, ਅਤੇ ਅੱਗੇ ਉਹਨਾਂ ਨੇ ਸ਼ਹੀਦ ਹੋ ਕੇ ਸਾਰੀ ਕੌਮ ਨੂੰ ਇੱਕ ਤਾਜ ਦੇ ਰੂਪ 'ਚ ਤੋਹਫ਼ਾ ਦਿੱਤਾ। ਇਹ ਮੈਂ ਰੋਜ਼ ਬੰਨੂੰਗਾ, ਰੋਜ਼। ਮੇਰੇ ਵਰਗੇ ਕਈ ਵੀਰ ਆਪਣੀ ਪਹਿਚਾਣ ਬਣਾਉਣ ਲਈ ਮਨਕਰਨ ਕਹਾਣੀਆਂ ਬਣਾਉਂਦੇ ਨੇ, ਅਤੇ ਉਹਨਾਂ ਦੀ ਸ਼ਹੀਦੀ ਦਾ ਮਜ਼ਾਕ ਬਣਾਉਂਦੇ ਨੇ। ਥੈਂਕਸ ਵੀਰੇ। ਥੈਂਕਸ ਤਾਂ ਮੇਰਾ ਬਣਦਾ ਵੀਰ, ਤੇਰਾ ਕਾਹਦਾ? ਫੇਰ ਕਦੇ ਦੱਸੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਦੇਖ ਲੈ ਪੁੱਤਰਾ, ਤੇਰੇ ਵੱਲ ਵੇਖ ਕੇ ਇਹਨੇ ਵੀ ਪੱਗ ਬੰਨ੍ਹ ਲਈ ਹੈ। ਮੈਨੂੰ ਯਕੀਨ ਸੀ ਤੇਰੇ ਇਸ ਰੂਪ ਤੇ ਕਿ ਤੂੰ ਇਹਨੂੰ ਵੀ ਆਪਣੇ ਵਰਗਾ ਜ਼ਰੂਰ ਬਣਾ ਲਏਗਾ। ਹੇ ਮੇਰੇ ਵਾਹਿਗੁਰੂ ਜੀ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਚੱਲੀ ਸੀ ਕਿ ਮੈਂ ਇੱਕ ਨਕਲੀ ਪਹਿਚਾਣ ਬਣਾਉਣ ਦੇ ਚੱਕਰ 'ਚ ਆਪਣੀ ਅਸਲ ਪਹਿਚਾਣ ਗਵਾ ਦੇ ਲੰਘਾ ਸੀ। ਆਪ ਜੀ ਦਾ ਕੁਟਾਨ ਕੋਟ ਸ਼ੁਕਰ ਹੈ ਜੋ ਆਪ ਜੀ ਨੇ ਮੇਰੀ ਬਾਂਹ ਫੜ ਕੇ ਮੈਨੂੰ ਕੁਰਾਹੇ ਪੈਣ ਤੋਂ ਬਚਾਇਆ। ਗੁਰੂ ਸਾਹਿਬ ਜੀ, ਕਿਰਪਾ ਕਰਕੇ ਆਪਣਾ ਮਿਹਰ ਭਰਿਆ ਹੱਥ ਸਦਾ ਹੀ ਮੇਰੇ ਸਿਰ 'ਤੇ ਰੱਖਿਓ ਤਾਂ ਕਿ ਮੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਪਜਾਏ। ਆਪ ਦਾ ਸ਼ੁਕਰ ਹੈ, ਸ਼ੁਕਰ ਹੈ।